संकट होए कटे खेलो भीतरे नानक हर दर्श बहुत जवानी
संगत किस आगे जाए रुआया, गुरु बिन ज्ञान ना पाइए। भाई रे गुरु बिन ज्ञान ना हो, जिन्ना भाव आज समझन लई होर खुलासा होए। ओ लफ़सन के कबीर मन पंखी भया, उड़ उड़ दे दिस जाए, मन पंखे पंखी हो गया। इसे गलत काम नहीं, थां थां उड़िया फिरता है, खंब लग गए ने कदी ऐस दरखत ते कदी ओस पेड़ ते, कदी ओस टाणी ते कदी ओंदे फल खांदा है, कदी ओंदे फल खांदा है, इंदा ठिकाना नहीं रहा, भटक रहा। माड़े काम ले गए, बल्कि इसलिए भटक रहा है भला इथे रब मिल जाए, इथे रब मिल जाए। रब का घर इथे है कि रब का घर उथे है? ढूंढ रहे गुरु ने आख्या तेनू पता नहीं लगा उनका ठिकाना कहना है। बाबा कबीर जी दे राम दे दोस्तों का मैं संखेप विच लैके अगे चलना चाहना। कह लगे तू जिसनु ढूंढन लई जिंदा ठौर ठिकाना समझन लई, तू खंब ला लै ते खंबा दे सहारे उड़ उड़ के फिर रहा है, कदी पंखी वांगू उस द्वारे ते, कदी किसे डेरे ते, कदी किसे कबरां दे ठिकाने ते, कदी मंदरां विच, कदी गुरुद्वारे विच, कदी तीर्थां ते, ढूंढता रब नूं रहिण। तेरी हालत पंखी वाली हो गई, उड़ उड़ दे दिस जाए, हर पासे जाए। और ज्यो ज्यो उड़ उड़ के टिकाने बदलना है त्यो त्यो तेनू पता होवे हर टिकाने की मर्यादा, बोली, उपदेश वखरा वखरा है।
ਜੋ ਗੱਲ ਤੀਰਥਾਂ ਤੇ ਤੈਨੂੰ ਸਿਖਾਈ ਜਾਣੀ ਹੈ ਉਹ ਡੇਰਿਆਂ ਵਿੱਚ ਨਹੀਂ। ਡੇਰਿਆਂ ਵਾਲਿਆਂ ਨੇ ਆਖਣਾ ਰੱਬ ਇੱਥੇ ਹੈ, ਇੰਨੇ ਪਾਠ ਕਰ ਲੈ, ਇੰਨੀਆਂ ਮਾਲਾ ਫੇਰ ਲੈ, ਬਸ ਤੇਰੇ ਲਈ ਇਹੋ ਹੀ ਰੱਬ ਨੂੰ ਮਿਲਣ ਦਾ ਰਸਤਾ ਹੈ। ਜੇ ਤੀਰਥਾਂ ਤੇ ਜਾਏਗਾ ਉੱਥੇ ਬੈਠਾ ਹੋਇਆ ਤੀਰਥਾਂ ਦਾ ਟਿਕਾਣੇ ਤੇ ਜ਼ਿੰਮੇਵਾਰ ਤੈਨੂੰ ਆਖਿਆ ਗਿਆ ਨਹੀਂ ਇੱਥੇ ਆਇਆ ਆਹ ਦਾਨ ਕਰ ਲੈ, ਆਹ ਦਾਨ ਕਰ ਲੈ ਤਾਂ ਰੱਬ ਮਿਲੇਗਾ। ਵੱਖਰੇ ਵੱਖਰੇ ਕਿਆਫੇ ਨੇ ਤੇ ਤੂੰ ਜਿੱਥੇ ਜਾਣਾ ਹੈ ਉੱਥੋਂ ਦੀ ਮਰਿਆਦਾ ਉੱਥੋਂ ਦੀ ਗੱਲਬਾਤ ਸੁਣ ਕੇ ਉਹਨਾਂ ਦਾ ਹੀ ਹੋ ਜਾਣਾ। ਜੇ ਡੇਰਾ ਡੇਰੇ ਜਾਂਦਾ ਉਹ ਡੇਰੇਦਾਰਾਂ ਦਾ ਹੋ ਜਾਂਦਾ, ਜਿਹੜਾ ਤੀਰਥਾਂ ਤੇ ਜਾਂਦਾ ਉਹ ਤੀਰਥਾਂ ਵਾਲਿਆਂ ਦਾ ਹੋ ਜਾਂਦਾ। ਕਹਿਣ ਲੱਗੇ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਰਕ ਹੈ, ਬਾਬਾ ਕਬੀਰ ਜੀ ਦਾ ਸਲੋਕ ਸੀ। ਪੰਖੀ ਵਾਂਗੂ ਉੱਡਿਆ ਫਿਰਦਾ ਹੈ ਤੇ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਰਕ ਹੈ, ਟਿਕਾਣੇ ਬਦਲ ਗਿਆ। ਹਰ ਟਿਕਾਣੇ ਬਦਲਣ ਨਾਲ ਵਾਤਾਵਰਨ ਬਦਲ ਜਾਂਦਾ ਹੈ, ਜੋ ਮੰਦਰਾਂ ਵਿੱਚ ਹੈ ਉਹ ਤੀਰਥਾਂ ਤੇ ਨਹੀਂ, ਜੋ ਤੀਰਥਾਂ ਵਿੱਚ ਹੈ ਉਹ ਡੇਰਿਆਂ ਵਿੱਚ ਨਹੀਂ। ਕਹਿਣ ਲੱਗੇ ਉਹਦਾ ਨਤੀਜਾ ਇਹ ਹੈ ਕਿ ਤੂੰ ਰੱਬ ਨੂੰ ਮਿਲਣ ਲਈ ਭਟਕ ਰਿਹਾ ਹੈ। ਚਾਹਤ ਚੰਗੀ ਹੈ, ਰੱਬ ਨੂੰ ਮਿਲਣ ਦੀ ਚਾਹਤ ਕੋਈ ਮਾੜੀ ਥੋੜ੍ਹੀ, ਚੰਗੀ, ਪਰ ਪਤਾ ਨਾ ਹੋਣ ਕਰਕੇ ਭਟਕ ਰਿਹਾ। ਤੇ ਅਗਲੀ ਲਾਈਨ ਆਈ ਸੀ ਕਿ ਭਲਿਆ ਜਿਹਨੂੰ ਪਾਉਣ ਲਈ ਟਿਕਾਣੇ ਨੂੰ ਸਮਝਣ ਲਈ ਭਟਕ ਰਿਹਾ ਉਹ ਟਿਕਾਣਾ ਤੈਨੂੰ ਲੱਭਿਆ ਨਹੀਂ, ਤੇ ਜੇ ਲੱਭਿਆ ਤੇ ਤਾਂ ਪਤਾ ਲੱਗਾ ਵੀ ਤੂੰ ਆਪ ਹੀ ਉਹਦਾ ਟਿਕਾਣਾ ਹੈ, ਰੱਬ ਤੀਰਥਾਂ ਤੇ ਨਹੀਂ, ਰੱਬ ਮੰਦਰਾਂ ਠਾਕਰ ਦੁਆਰਿਆਂ ਡੇਰਿਆਂ ਵਿੱਚ ਨਹੀਂ। ਜਦੋਂ ਤੂੰ ਧਿਆਨ ਦਿੱਤਾ ਤੈਨੂੰ ਪਤਾ ਲੱਗ ਗਿਆ ਸੋਈ ਫਿਰ ਕੇ ਤੂੰ ਹੋਆ ਹੈ, ਉਹ ਟਿਕਾਣਾ ਤੇ ਤੂੰ ਆਪ ਹੈ, ਆਪਣੇ ਅੰਦਰ ਚੱਕ ਮਾਰ, ਰੱਬ ਤਾਂ ਤੇਰੇ ਅੰਦਰ ਬੈਠਾ ਹੈ। ਜੰਗਲ ਜੰਗਲ ਕਿਆ ਭਵੇ ਵੱਡ ਕੰਡਾ ਮੋੜੇ ਵਸੀ ਰੱਬ ਹੇ ਹਾਲੀ, ਇਹ ਜੰਗਲ ਕਿਆ ਡੁੱਬੇ, ਟਿਕਾਣਾ ਤਾਂ ਤੂੰ ਆਪ, ਪਰ ਤੂੰ ਉਹਨੂੰ ਮਿਲਣ ਲਈ ਭਟਕ ਰਿਹਾ। ਅੱਜ ਦੇ ਸ਼ਬਦ ਦਾ ਸੰਬੰਧ ਇਹਦੇ ਨਾਲ ਬੜਾ ਗੂੜ ਹੈ। ਪਹਿਲੀ ਲਾਈਨ ਦੇਖਣੀ, ਕਹਿੰਦੇ ਨੇ ਕਿਉਂ ਭਟਕ ਰਿਹਾ, ਕਿਉਂਕਿ ਤੈਨੂੰ ਗਿਆਨ ਨਹੀਂ, ਗਿਆਨ ਮਿਲੇਗਾ ਗੁਰੂ ਕੋਲੋਂ। ਅੱਜ ਦਾ ਸ਼ਬਦ ਹੈ ਜਿਹਦੇ ਵਿੱਚ ਲਫ਼ਜ਼ ਨੇ ਤੜਪ ਜਿਹੜੀ ਹੈ ਉਹਦੇ ਵਿੱਚ ਗਰਸਿਆ ਹੋਇਆ ਹੈ, ਪਰੇਸ਼ਾਨ, ਪਰ ਤੈਨੂੰ ਗੁਸਾਈ ਪ੍ਰਭੂ ਮਿਲ ਨਹੀਂ ਰਿਹਾ। ਕਹਿਣ ਲੱਗੇ ਅਨੇਕ ਪ੍ਰਕਾਰ ਫਿਰਤ ਬਿਲ ਲਾਤੇ ਮਿਲਤ ਨਹੀਂ ਗੁਸਾਈ ਹੈ। ਇੱਕ ਵਾਰ ਇੱਕ ਸ਼ਬਦ ਆਇਆ ਸੀ ਕਿ ਉਹ ਸਿੰਘਾਰ ਮਿਲਣ ਕੇ ਹਰ ਨਾ ਮਿਲੇ ਜਗ ਜੀਵਨ ਗੁਸਾਈ।
ਕਹਿਣ ਲੱਗੇ ਕਾਰਨ ਕੀ ਹੈ ਅਨਕ ਪ੍ਰਕਾਰ ਫਿਰਤ ਬਿਲਾਤੇ ਮਿਲਤ ਨਹੀਂ ਗੋਸਾਈ ਹੈ ਬੜੇ ਪ੍ਰਕਾਰ ਨਾਲ ਬੜੇ ਢੰਗਾਂ ਨਾਲ ਆਪਣੀ ਤੜਪ ਜ਼ਾਹਰ ਕਰ ਰਿਹਾ ਹੈ ਪਰ ਰੱਬ ਪ੍ਰਭੂ ਮਿਲ ਨਹੀਂ ਰਿਹਾ ਕਾਰਨ ਕੀ ਕਿਉਂਕਿ ਗੁਰਬਿਨ ਗਿਆਨ ਨਾ ਪਾਈ ਹੈ ਰਸਤਾ ਕੌਣ ਇੱਥੇ ਰੁਕਣਾ ਚਾਹੁੰਦਾ ਹੈ ਗੱਲ ਸਮਝਣੀ ਹੈ ਜਿਹਦੇ ਗਿਆਨ ਗੁਰੂ ਤੋਂ ਬਿਨਾਂ ਨਹੀਂ ਤਾਂ ਫਿਰ ਇੱਕ ਗੱਲ ਸਮਝਿਓ ਗੁਰੂ ਦੀ ਪਛਾਣ ਵੀ ਬਹੁਤ ਜ਼ਰੂਰੀ ਕਿਉਂਕਿ ਜਦੋਂ ਗੁਰੂ ਬਦਲੇਗਾ ਗਿਆਨ ਬਦਲ ਜਾਏਗਾ ਹਰ ਗੁਰੂ ਦਾ ਉਪਦੇਸ਼ ਆਪਣਾ ਹੈ ਪਤ ਕੀ ਤੁਸੀਂ ਸੋਹਰੇ ਸਾਹਿਬ ਦੇ ਪਾਠ ਵਿੱਚ ਸ਼ਬਦ ਪੜ੍ਹਦੇ ਹੋ ਜਿਹਦੇ ਚ ਲਫ਼ਜ਼ ਨੇ ਜਾਓ ਛੇ ਗੁਰੂ ਵੱਖਰੇ ਵੱਖਰੇ ਹੋਣ ਤੇ ਛਿਆਂ ਦੇ ਉਪਦੇਸ਼ ਵੀ ਛੇ ਹੀ ਹੋਣ ਛੇ ਘਰ ਛੇ ਗੁਰ ਛੇ ਉਪਦੇਸ਼ ਇੱਥੇ ਪਛਾ ਪਰੇਸ਼ਾਨੀ ਇਹ ਗੁਰੂ ਛੇ ਨੇ ਉਪਦੇਸ਼ ਵੀ ਛੇ ਨੇ ਗੁਰੂ ਕਹਿੰਦਾ ਨੀ ਗੁਰ ਗੁਰ ਏਕੋ ਮੈਂ ਛੇ ਗੁਰੂਆਂ ਵਿੱਚੋਂ ਆਪਣਾ ਗੁਰੂ ਪਛਾਣ ਲਿਆ ਗੁਰੂ ਕਹਿੰਦੇ ਨੇ ਗੁਰੂ ਗੁਰ ਏਕੋ ਏਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਬਸ ਵੱਖਰੇ ਵੱਖਰੇ ਉਪਦੇਸ਼ ਦੇ ਭੁਲੇਖੇ ਵਿੱਚ ਮੈਂ ਨਹੀਂ ਪੈਣਾ ਚਾਹੁੰਦਾ ਇਸ ਲਈ ਦੁਨੀਆਂ ਦੇ ਲੋਕੋ ਮੈਂ ਤੁਹਾਨੂੰ ਵੀ ਕੇਵਲ ਓਨੀ ਗੱਲ ਦੱਸਣਾ ਚਾਹੁੰਦਾ ਜੋ ਮੇਰੇ ਗੁਰੂ ਨੇ ਦੱਸੀ ਹੈ ਮੈਂ ਆਪਣੇ ਮਨੋਂ ਕੁਛ ਨਹੀਂ ਕਹਿਣਾ ਚਾਹੁੰਦਾ ਉਪਦੇਸ਼ ਗੁਰੂ ਦਾ ਤੁਹਾਡੇ ਤੱਕ ਸਿਰਫ ਪਹੁੰਚਾਵਾਂਗਾ ਮੇਰਾ ਕੋਈ ਕੰਸਰਨ ਨਹੀਂ ਗੁਰੂ ਨੇ ਆਖਿਆ ਜੇ ਸੋ ਗੁਰ ਉਪਦੇਸਿਆ ਪੁਕਾਰ ਕੇ ਆਵਾਜ਼ ਦੇ ਕੇ ਤੁਹਾਨੂੰ ਆਖਿਆ ਹੈ ਨਾ ਉਹ ਆਪਣੇ ਮਨੋਂ ਕੁਝ ਨਹੀਂ ਆਖਿਆ ਜੈਸੋ ਗੁਰੂ ਪਦੇਸਿਆ ਮਤਲਬ ਹੈ ਸਾਨੂੰ ਗਿਆਨ ਵਾਸਤੇ ਪਹਿਲਾਂ ਗੁਰੂ ਦੀ ਪਛਾਣ ਬਹੁਤ ਜ਼ਰੂਰੀ ਹੈ ਗੁਰਬਾਣੀ ਦੀ ਇੱਕ ਲਾਈਨ ਹੈ ਕਿਉਂਕਿ ਸ੍ਰੀ ਗੋਬਿੰਦ ਸਿੰਘ ਦੀ ਬਾਣੀ ਦੀ ਇੱਕ ਇੱਕ ਲਾਈਨ ਵਿੱਚੋਂ ਸਾਨੂੰ ਜੀਵਨ ਦੇ ਭੇਤ ਖੁੱਲ੍ਹਦੇ ਨੇ ਬੜਾ ਪ੍ਰਚਲਿਤ ਸ਼ਲੋਕ ਹੈ ਮਨ ਕੁੰਚਰ ਤਿਲਕ ਗੁਰੂ ਵੱਖਰੇ ਵੱਖਰੇ ਨੇ ਮਨ ਕੀ ਹੈ ਇੱਕ ਹਾਥੀ ਕੁੰਚਰ ਕਹਿੰਦੇ ਨੇ ਹਾਥੀ ਮਨ ਇੱਕ ਹਾਥੀ ਹੈ ਤੇ ਪੀਲਕ ਪੀਲਕ ਕਹਿੰਦੇ ਨੇ ਮਹਾਵਤ ਨੂੰ ਹਾਥੀ ਚਲਾਉਣ ਵਾਲੇ ਨੂੰ ਉਹ ਹੈ ਪੀਲਕ ਤੇ ਉਹਦੇ ਹੱਥ ਵਿੱਚ ਇੱਕ ਹੈ ਕੁੰਡਾ ਤੁਸੀਂ ਵੇਖੋਗੇ ਨਾ ਹਾਥੀਆਂ ਨੂੰ ਚਲਾਉਣ ਵਾਲੇ ਜਿਹੜੇ ਮਹਾਵਤ ਨੇ ਉਹਨਾਂ ਕੋਲ ਇੱਕ ਲੋਹੇ ਦਾ ਕੁੰਡਾ ਹੁੰਦਾ ਹੈ ਉਹ ਮਾਰਦੇ ਨੇ ਤਾਂ ਹਾਥੀ ਉਹਨਾਂ ਦੇ ਕੰਟਰੋਲ ਵਿੱਚ ਆਉਂਦਾ ਜੇ ਉਹਨਾਂ ਕੋਲ ਕੁੰਡਾ ਨਾ ਹੋਵੇ ਕਾਹਦਾ ਮਹਾਵਤ ਆਹ ਵੀ ਬਹੁਤ ਹੈ ਗੁਰੂ ਨੇ ਆਖਿਆ ਤਿੰਨ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ ਇਹਨਾਂ ਤਿੰਨਾਂ ਨੂੰ ਆਪਣੀ ਆਪਣੀ ਥਾਵੇਂ ਸਮਝ ਲੈ ਤੈਨੂੰ ਲੋੜ ਹੈ ਸਮਝਣ ਮਨ ਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਗੁਰੂ ਜਿਹੜਾ ਹੈ ਉਹ ਮਹਾਵਤ ਹੈ ਤੇ ਖਾਲੀ ਹੱਥ ਮਹਾਵਤ ਨਹੀਂ ਇਹ ਵੀ ਪਛਾਣਿਓ
ਕਹਿਣ ਲੱਗੇ ਖਾਲੀ ਹੱਥ ਮਹਾਵਤ ਨਹੀਂ ਗਿਆਨ ਕੁੰਡਾ ਉਹਦੇ ਕੋਲ ਗਿਆਨ ਹੈ ਜੇ ਗਿਆਨ ਨਹੀਂ ਤਾਂ ਕਦੇ ਗੁਰੂ ਗੁਰੂ ਬਿਨ ਗਿਆਨ ਧਰਮ ਬਿਨ ਧਿਆਨ ਸਤ ਬਿਨ ਸਾਖੀ ਮੂਲੋ ਨਾ ਬਾਕੀ ਕਹਿੰਦੇ ਗਿਆਨ ਹੀ ਨਹੀਂ ਅਗਿਆਨ ਪੂਜਾ ज्ञान कुंडा ज्ञान का कुंडा है फिर वो जिधर चाहे हाथी नु मोड़ सकता है नानक हस्ती कुंडे बाहरा बिना कुंडे तो फिर उजड़ पाए वो महावत के कंट्रोल में नहीं हो सकता गुरु तुहाडे मन नूं कंट्रोल नहीं मन नूं सिख्या दे के सेध नहीं दे सकदा जिस गुरु कोल ज्ञान नहीं नानक हस्ती कुंडे बाहरा फिर उजड़ पाए तो फिर जगलन नूं जिधर मर्जी जाए गुमराह हो जाए रस्ते भुल जाए खतरनाक रस्तियां ते दौड़ पवे तू कित्थों रोकेगा इसलिए गुरु की पछाण जरूर करी उनके को ज्ञान का कुंडा है क्योंकि जो गुरु बदलता है उदो उपदेश बदल जाता है ज्ञान बदल जाता है कुछ दिन हो गए मैं एक गल कही सी गुरबाणी अंदर एक लफज आते हैं वो एक नारायण निंदस काहे भूली गवाई त्रिलोचन जी अपने घर वाली नु मुखातिब करदे ने क्योंकि वो उलांभे दे रही है रब ने सानू आ नहीं दिता आपको मेरे बैठने जिस वाला जन्म लै सुने दे घर मैं की पाप किया मैं की नहीं किया मैं इन्ना नाम जपना मैं सवेरे उठ के आ चीज मैनू नहीं मिली उन्होंने मिली इसे तरह त्रिलोचन दे घर वाली भी मन ते शिकवा आया कोई गल हो नहीं चलो मैं उस विस्तार विच नहीं दा साफी दा हिस्सा ते त्रिलोचन जी जीवन दी महानता रखने वाले एक गल समझांदे ने कहिंदे ने रब नूं क्यों लांभे दिंदे ने नारायण निंदस काहे भूली गवाई एक बार अज्ञानी नारायण नु प्रभु नु क्यों निंदे ओनु क्यों लांभे दिंदे ने दुखिरत सुखिरत थारो कर्म ने चंगा मंदा तेरा अपना कर्म है वो कर्म ही तेरे जीवन का हिस्से अब भगवानता नाल कम कर रहा है दुखिरत सुखिरत थारो कर्म रे और ऐसे रुक ना छाना अगले पासे बढ़िया एग्जांपल बड़े उदाहरण देते ने त्रिलोचन जी ने समझाने जिंदे विच ए भी है शंकरा मस्तक मस्ता अगला पहला सवाल भी शिव जी दे मत्थे ते रहिंदा है चंद्रमा हिंदू मैथोलॉजी दे मुताबिक उनके मत्थे ते रहिंदा है गंगा जड़ी है वो जटावा में चुनी तो जो भी हिंदू में था आसना उनकी एक एग्जांपल दे रहे ने त्रिलोचन जी कहते ने लोग आप देने चंद्रमा जड़ा है वो शिवजी दे मत्थे ते रहने ते गंगा जिन सब तो पवित्र नदी है वो शिवजी दी जटावा में चुनी को दी
ਤੇ ਮੱਥੇ ਧੋ ਕੇ ਵਗਦੀ ਹੈ। ਇਸ ਵਾਸਤੇ ਚੰਦਰਮਾ ਦਿਨ ਰਾਤ ਗੰਗਾ ਵਿੱਚ ਇਸ਼ਨਾਨ ਕਰਦਾ ਤੇ ਲੋਕ ਆਖਦੇ ਨੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਪਾਪ ਉਤਰ ਜਾਂਦੇ ਨੇ, ਪਵਿੱਤਰ ਹੋ ਜਾਈਦਾ। ਇੱਕ ਬਿਆਨ ਕਰਦੇ ਤ੍ਰਿਲੋਚਨ ਜੀ, ਪਰ ਕਹਿੰਦੇ ਨੇ ਗੱਲ ਬੜੀ ਨਹੀਂ। ਸ਼ੰਕਰਾ ਮਸਤਕ ਬਸਤਾ ਸੁਰਸਰੀ ਇਸ਼ਨਾਨ ਦੇ ਕੁੱਲ ਜਨ ਮੱਧੇ ਮਿਲੋ ਸਾਰੰਗ ਪਾਂਡਵ ਉਸ ਚੰਦਰਾਸੀ ਕੁੱਲ ਵਿੱਚ ਕਹਿੰਦੇ ਨੇ ਭਗਵਾਨ ਵੀ ਪੈਦਾ ਹੋਏ। ਪਰ ਉਸ ਚੰਦਰਮਾ ਨੇ ਆਪਣੀ ਕਹਾਣੀ ਦੇ ਮੁਤਾਬਕ ਇੱਕ ਗੁਣਾ ਕੀਤਾ ਕਿ ਇੰਦਰ ਦਾ ਸਾਥ ਦਿੱਤਾ, ਗੌਤਮ ਦੀ ਪਤਨੀ ਅਹਿਲਿਆ ਦਾ ਸਾਥ ਭੰਗ ਕਰਨ ਦੇ ਵਕਤ, ਇਹ ਉਹਨੇ ਗੁਣਾ ਸਮੇਂ ਤੋਂ ਪਹਿਲਾਂ ਚੜ੍ਹਿਆ ਤੇ ਸਾਥ ਦਿੱਤਾ ਇੰਦਰ ਦਾ, ਉਹ ਕਲੰਕ ਲੱਗ ਗਿਆ ਉਹਦੇ ਜੀਵਨ ਵਿੱਚ, ਕਲੰਕਿਤ ਹੋ ਗਿਆ। ਲੋਕਨ ਜੀ ਆਖਦੇ ਨੇ ਸ਼ੰਕਰਾ ਮਸਤਕ ਮਸਤਾ ਸੁਰਸਰੀ ਇਸ਼ਨਾਨ ਰੇ ਕੁੱਲ ਜਨ ਮੱਧੇ ਮਿਲੋ ਸਾਰੰਗ ਪਾਣ ਰੇ ਕਰਮ ਕਰ ਕਲੰਕ ਮੁਫੀ ਟਸ ਰੇ। ਉਹ ਕਰਮ ਕੀਤਾ ਹੋਇਆ ਜਿਹੜਾ ਇੱਕ ਕਰਮ ਮਾੜਾ ਸੀ ਉਹਦਾ ਕਲੰਕ ਤਾਂ ਟਿਕੇ ਆ ਰਿਹਾ, ਉਹ ਨਾ ਉਤਰਿਆ। ਦੁਕਿਰਤ ਸੁਕਿਰਤ ਥਾਰੋ ਕਰਮ ਰੇ, ਬੜਾ ਲੰਬਾ ਚੜਾ ਸ਼ਬਦ, ਮੈਂ ਅੱਜ ਉਸ ਸਥਾਨ ਵਿੱਚ ਨਾ ਜਾਵਾਂ। ਸੋਚਣਾ ਪਏਗਾ ਜੇ ਇਹ ਗੱਲ ਠੀਕ ਹੈ, ਔਰ ਹੈ ਵੀ ਬਾਣੀ ਵਿੱਚ ਬਾਰ ਬਾਰ ਇਹ ਗੱਲ ਆਖੀ ਹੈ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ, ਸਤਿਗੁਰੂ ਕਾ ਉਪਦੇਸ਼ ਸੁਣ ਤੋਂ ਹੋਵੇ ਤੇਰੇ ਨਾਲ ਇੱਕ, ਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਨ। ਠੀਕ ਪਿਊਰਿਟੀ ਜੇ ਠੀਕ ਹੈ ਤੇ ਸਾਨੂੰ ਫਿਰ ਗੁਰੂ ਦੇ ਉਪਦੇਸ਼ ਦਾ ਆਹਮੋ ਸਾਹਮਣਾ ਰੱਖ ਕੇ ਫੈਸਲਾ ਤਾਂ ਕਰਨਾ ਪਏਗਾ ਸਾਡਾ ਗੁਰੂ ਕਿਹੜਾ ਕਿਤੇ ਹੁਣ ਐਸਾ ਨਾ ਹੋਵੇ। ਜੇ ਗੁਰੂ ਦੇ ਉਪਦੇਸ਼ ਤੋਂ ਹੀ ਕਰਮ ਬਣਦੇ ਨੇ, ਜੈਸੋ ਗੁਰੂ ਉਪਦੇਸਿਆ ਮੈਂ ਕੈਸੋ ਕਿਹਾ ਪੁਕਾਰ, ਤਾਂ ਸੋਚਣਾ ਪਏਗਾ। ਇੱਕ ਗੁਰੂ ਉਹ ਵੀ ਹੋਵੇ ਜਿਹੜਾ ਸਾਬਤ ਕਰੇ ਕਿ ਪੁਰਾਣੀਆਂ ਧੀਆਂ ਭੈਣਾਂ ਬੱਚੀਆਂ ਨੂੰ ਮਜਬੂਰਨ ਨਗਨ ਕੀਤਾ ਜਾਏ ਤੇ ਉਹ ਭਗਵਾਨ ਹੈ। ਪੜ੍ਹ ਕੇ ਵੇਖ ਲਓ ਕ੍ਰਿਸ਼ਨ ਅਵਤਾਰ, ਉੱਥੇ ਗੋਪੀਆਂ ਦਾ ਚਰਿੱਤਰ ਹਰ ਮੇਰਾ ਤਾਂ ਲਿਖਿਆ ਹੋਇਆ ਨਹੀਂ, ਲਿਖਣ ਵਾਲਿਆਂ ਨੇ ਲਿਖਿਆ, ਕਹਾਣੀਆਂ ਮੇਰੀਆਂ ਬਣਾਈਆਂ ਹੋਈਆਂ। ਫਿਰ ਭਗਵਾਨ ਮਜਬੂਰ ਕਰ ਰਿਹਾ ਕਿ ਕੱਪੜੇ ਬਸਤਰ ਤੁਹਾਡੇ ਨਹੀਂ ਦੇਵਾਂਗਾ, ਬਾਹਰ ਆਓ। ਇੱਕ ਪਾਸੇ ਉਹਨੂੰ ਗੁਰੂ ਆਖਿਆ ਜਾ ਰਿਹਾ ਕੁਛ ਲੋਕ ਕਹਿੰਦੇ, ਤੇ ਇੱਕ ਪਾਸੇ ਉਹ ਗੁਰੂ ਹੈ ਜਿਹੜਾ ਆਖਦਾ ਪਰਤ ਰਿਹਾ ਰੂਪ ਨਾ ਪੇਖਿਆ ਨੇਤਰ। ਦੋਵੇਂ ਸਾਡੇ ਸਾਹਮਣੇ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਿਹਾ, ਸਾਨੂੰ ਗੁਰੂ ਦੀ ਪਛਾਣ ਦੀ ਵੀ ਬਹੁਤ ਲੋੜ ਹੈ। ਜਿੰਦਾ ਅੱਜ ਦਿਹਾੜਾ ਹੈ ਨਾ, ਉਹ ਕਹਿੰਦਾ ਪਰਤਰਿਆ ਰੂਪ ਨਾ ਪੇਖਿਆ ਨੇਤਰ, ਉਹ ਕਹਿੰਦਾ ਅੱਖੀ ਸੁਧਕ ਵੇਖਣਾ ਪਰਤਰਿਆ ਪਰ ਧਨ ਰੂਪ। ਉਹ ਗੁਰੂ ਆਖਦਾ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾ ਦੇ। ਤਿੰਨੋਂ ਲਫ਼ਜ਼ ਗੁਰਬਾਣੀ ਦੇ ਨੇ, ਜਿਹਨੂੰ ਤੁਸੀਂ ਮੱਥਾ ਟੇਕਦੇ ਜਿੰਦਾ ਅੱਜ ਪੁਰਬ ਮਨਾਉਣਾ ਹੈ। ਇੱਕ ਪਾਸੇ ਗੁਰੂ ਇਹ ਕਹਿੰਦਾ ਤੇਰੇ ਜੀਵਨ ਵਿੱਚ ਆ ਕਰ, ਔਰ ਇਹਦੇ ਇਹਦਾ ਉਪਦੇਸ਼ ਲੈਣ ਵਾਲਾ ਸਿੱਖ ਕਿੱਡਾ ਮਹਾਨ ਹੋ ਜਾਂਦਾ ਹੈ। ਕਈ ਵਾਰੀ ਪੜ੍ਹਨੇ ਉਧਰ ਵੀ ਸਾਖੀਆਂ ਵੀ ਪੜ੍ਹੀਆਂ ਹੋਈਆਂ ਤੇ ਪੜ੍ਹਨੇ ਵਿਸ਼ਨੂੰ ਆਪ ਭਗਵਾਨ ਅਖਵਾਣ ਵਾਲਾ ਜਲੰਧਰ ਦੈਂਤ ਦੇ ਘਰ ਵਾਲੀ ਨੂੰ ਸਤਹੀਣ ਕਰਨ ਵਾਸਤੇ ਭੇਸ ਬਦਲਦਾ,
उस ग्रंथ च इस बदल के जलंधर का रूप धारण करके उनका सब पग करता है। अहिल्या की कहानी तो तुम बड़ी प्राप्त सुनी दरदास कर जिक्र है गुरबाणी। एक पासे वो है भला देखियो यो जे गुरु के उपदेश नाल कोई हरि सिंह नलुआ बन जाएगा जो कुछ अज असी उलांभा देने पंजाब की धरती से कि उत्थे रेप होंगे बलात्कार हो रहे हैं कोई वेखन वाला नहीं कोई समझन वाला नहीं कोई बौड़ी करने वाला नहीं अस कहने भला सोचियो उस गुरु का उपदेश तो यह कहता हो गए कि वह भगवान भी हो सकता है जिहड़ा किसी बच्ची नूं नग्न करे भगवान भी हो सकता है जिहड़ा किसी का साथ भंग करे। जिस गुरु के चरणों में तुम बैठे हो गौरव करो कि सानू श्री गुरु गोबिंद साहब मिले अज साडा दिहाड़ा श्री गुरु गोबिंद साहब का सानू यह खुशी होनी चाहिए कि अपने गुरु का पहला प्रकाश मिला रहे हूँ। तुम सोचो एक पासे वो गुरु है जिहड़ा भगवान लई साबित करता है कि मेरा भगवान जिहड़ा है उहदे जीवन शैली यह है ते उहदे उपदेश तो भला हरि सिंह नलुआ पैदा हो जाएगा जिहदे इतिहास विच इह गल आ गई कि जदों जमराव दे इलाके विच गए पठाना दे इलाके विच उत्थे उहदी महानता वडियाई ते उहदा जुस्सा ते उहदी खूबसूरती देख के एक पठानी लड़की रात दे अंधेरे विच उहदे खैमे विच आई। उन्हें आके मजबूर किया ते लफ्ज़ की वरते कि मैं तेरे वर्गा पुत्र चाहनी है तेरे वर्गा पुत्र चाहनी। पर हरि सिंह नलुआ का जवाब केड़ा खूबसूरत सी कह लगा हो सकता है मेरे वर्गा होर ना पैदा होवे फिर तेनू ओला बारह जाए चंगी गल है तू मेरी मां बन जा मैं तेरा पुत्र बन जा तेरी इच्छा भी पूरी हो गई मेरे गुरु का विश्वास भी पूरा हो गया। इतिहास है आज भी पढ़ सकते हूँ तुम अंदाजा लगाओ वह भला कितों प्रेरणा लेंदा है इतों नहीं लेंदा कि मिथ्या नेत्र पेखत परतरिया रूपार गुरु वो है जिहड़ा सानू आ उपदेश दिंदा है क्योंकि जदों गुरु बदलता है ना उदो उपदेश बदल जाता है। मैं हमने लफड़ा के सर गुरु ने आखिया जे छे गुरु ने तो उपदेश भी छे छे घर छे गुर छे उपदेश ते जे गुरु ते निर्भर है उनका ज्ञान उपदेश ते गुरु ने भी गला की कह लगे उपदेश ज्ञान जेड़ा गुरु का बख्शिया होया मेरे जीवन की हर मोड़ ते मेरी सफलता लई जरूरी है। गुरु जरूरी है इसलिए जे गुरु के उपदेश तो ही मेरा जीवन शुरू होना है तो एक अरदास करो वो ये कि मैनू गुरु की पछाण हो जाए ताकि ये भुलेखा न पवे गुरु कोई ऐसा हो जाए कि मैनू आखना पवे काचे गुरु ते मुक्त न हो गुरु जिना का अंधला बाणी है गुरु जिना का अंधला सिख भी अंधे कर्म करे कुदरती गल है। इसलिए गुरु की पछाण बहुत जरूरी है। साडा अज का दुखांत की है जो कुछ असी अपने सिखी के वेड़े विच देख रहे हैं जिन्हां ते सानू भी उलंभा है उतर इतराज है कि सिख रखवाण वाला सिख सरूप वाला आ क्यों करता है। असी कई बार इकले बैठे तो उलंभा देने भी क्यों होंदा गुरुद्वारे विच दंगा क्यों चलदियां ने एक दूजे की पग नूं हाथ क्यों पाया जांदा है कहने श्री गुरु ग्रंथ साहब के सिखा
इन्हों मतलब यह है कि असी गुरु दे सिख नहीं बन सके। जिहड़ा गुरु दा सिख है ना वो गुरु दा पुत्र है, गुरु दा पुत्र है। बल्कि बच्चे दा जन्मदिन साहब दा सी ते मेरे मन विच एक शब्द आया लाइन आ गई, गुरु ने बड़ी खूबसूरत गल कहन लगे, जुगे जुगो जुग जुगे जुगो सब पीढ़ी चली पीढ़ी गुर चलन दे। युगों बीत गए ने, युग बीत गए ने, गुरु का परिवार दिन ब दिन बढ़ रहा है। यह पीढ़ी कभी खत्म होने वाली नहीं, नवी पीढ़ी चल पैंदी है, उस तो बाद नवी पीढ़ी चल पैंदी है। गुरबाणी जुगे जुगो जुग जुगे जुगो सब पीढ़ी गुर चलन दी, गुरु की पीढ़ी चलती है। तो जे कोई पूछे जी गुरु की पीढ़ी किवें चलती है, कह लगे जुग जुग पीढ़ी चले सतगुरु की जिन्हें गुरमुख नाम ते आया। जदों किसी सिख दे घर कोई बच्चा आउंदा है ना ते वह बच्चा आउंदा है जिन्हों गुरु नाल जोड़िया जाए तो समझ लो उदों उनकी पीढ़ी नहीं चलती, गुरु की पीढ़ी चलती। गुरु के घर एक सिख हो रहा है, असीं उहनूं आखने साडे घर पुत्र जन्मे आ, गुरु समझदा मेरे घर सिख जन्मे आ। ਗੁਰਬਾਣੀ ਦੇ ਲਫ਼ਜ਼ ਨੇ ਜੁਗੇ ਜੁਗੋ ਜੁਗ ਜੁਗੇ ਜੁਗੋ ਸਭ ਪੀੜ੍ਹੀ ਗੁਰ ਚਲਨ ਦੀ, ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ ਜਿਹਨੇ ਗੁਰਮੁਖ ਨਾਮ ਤੇ ਆਇਆ। ਫਿਰ ਕਹਿੰਦੇ ਨੇ ਹਰ ਪੁਰਖ ਨਾ ਕਬ ਹੋ ਵਿਸੇ ਜਾਵੇ, ਸੰਸਾਰ ਦਾ ਪਿਤਾ ਤੇ ਕਦੀ ਵਿਛੜ ਸਕਦਾ ਹੈ ਉਹ ਪਿਤਾ ਜਿਹੜਾ ਮਾਲਕ ਜਿੰਦੀ ਝੋਲੀ ਉਹ ਪਾਇਆ ਜਾਏ ਗੁਰਮੁਖ ਦੇ ਪਰਿਵਾਰ ਵਿੱਚੋਂ। ਕਹਿਣ ਲੱਗੇ ਉਹ ਪ੍ਰਭੂ ਤੱਕ ਕਦੀ ਵਿਸਦਾ ਹੀ ਨਹੀਂ, ਉਹ ਹਮੇਸ਼ਾ ਉਂਗਲ ਫੜ ਕੇ ਰੱਖਦਾ ਹੈ, ਉਹ ਹਮੇਸ਼ਾ ਪ੍ਰਤਿਪਾਲਨਾ ਕਰਦਾ ਹੈ, ਹਮੇਸ਼ਾ ਸੰਭਾਲ ਕਰਦਾ ਹੈ। ਕਹਿੰਦੇ ਨੇ ਹਰ ਪੁਰਖ ਨਾ ਕਬ ਕਬੂ ਨਾ ਪਿਸੇ ਜਾਵੇ, ਨਿਤ ਦੇਵੇ ਚੜੇ ਸੁਆਇਆ, ਉਹ ਹਮੇਸ਼ਾ ਦਾਤਾਂ ਦਿੰਦਾ ਹੈ ਤੇ ਜੀਵਨ ਚੜ੍ਹਦੀ ਕਲਾ ਵਿੱਚ ਦਿੰਦਾ। ਗੁਰੂ ਦਾ ਆਪਣਾ ਖਿਆਲ ਹੈ। ਕਹਿੰਦੇ ਨੇ ਇਸ ਲਈ ਬਹੁਤ ਜ਼ਰੂਰੀ ਹੈ ਗੁਰੂ ਦੀ ਪਛਾਣ ਕਰ ਤੇ ਆਪਾਂ ਉਸ ਗੁਰੂ ਦੀ ਭੇਟਾ ਕਰ ਸਮਰਪਣ ਕਰ। ਬਲਕਿ ਇੱਥੇ ਵੀ ਨਹੀਂ ਹੋਇਆ, ਹੁਣ ਦਿਲ ਕਰਦਾ ਅਗਲੀ ਵਾਰ ਇੱਕ ਐਸਾ ਸਮਰਪਣ ਪੱਤਰ ਬਣਾਇਆ ਹੋਇਆ ਹੈ, ਪ੍ਰਣ ਪੱਤਰ ਬਣਾਇਆ ਹੋਇਆ ਜਿਹੜਾ ਸੰਗਤ ਵਿੱਚ ਪ੍ਰਣ ਕਰਾਈਦਾ ਹੈ ਵੀ ਤਾਂ ਕਿ ਭਰੇ ਹੋ ਤੁਸੀਂ ਪ੍ਰਣ ਕਰੋ ਅੱਜ ਤੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਾਂ, ਇਹ ਪ੍ਰਣ ਕਰਨਾ ਹੈ, ਸਿੱਖ ਨੇ ਪ੍ਰਣ ਕਰਨਾ ਹੈ, ਮੈਂ ਅੱਜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਿਨਾਂ ਹੋਰ ਮੇਰੀ ਕੋਈ ਗੁਰਬਾਣੀ ਨਹੀਂ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਗਵਾਈ ਬਿਨਾਂ ਗਿਆਨ ਬਿਨਾਂ ਮੈਨੂੰ ਹੋਰ ਕਿਸੇ ਗਿਆਨ ਦੀ ਲੋੜ ਨਹੀਂ। ਬਸ ਸਿੱਖ ਦਾ ਇਹ ਪ੍ਰਣ ਬਹੁਤ ਜ਼ਰੂਰੀ ਹੈ ਅਤੇ ਗੁਰੂ ਨੇ ਵੀ ਇਹੋ ਗੱਲ ਬਾਣੀ ਵਿੱਚ ਦੁਹਰਾਈ ਹੈ। ਕਹਿੰਦੇ ਨੇ ਇੱਕ ਖਿਆਲ ਕਰੀ ਇਹ ਗਿਆਨ ਤਾਂ ਜਿਹੜਾ ਪਿਆ ਮਨ ਕੁੰਚਰ ਪੀਲ ਗੁਰੂ ਗਿਆਨ ਕੁੰਡਾ ਜੇ ਖਿੰਚੈ ਤੇ ਜਾਏ ਨਾਨਕ ਹਸਤੀ ਕੁੰਡੇ ਬਾਹਰਾ ਫਿਰ ਫਿਰ ਉੱਜੜ ਪਾਏ। ਇਸ ਲਈ ਮਨ ਨੂੰ ਹਮੇਸ਼ਾ ਲਈ ਚੰਗੇ ਰਸਤੇ ਤੋਰਨ ਲਈ ਗੁਰੂ ਨੂੰ ਇਹ ਹੱਕ ਦਿਓ ਕਿ ਉਹ ਆਪਣੇ ਗਿਆਨ ਦੇ ਕੁੰਡੇ ਨਾਲ ਸਾਡੇ ਜੀਵਨ 'ਤੇ ਕੰਟਰੋਲ ਕਰੇ। ਉਹ ਗੱਲ ਗੁਰੂ ਨੇ ਬਾਣੀ ਵਿੱਚ ਆਖੀ, ਕਹਿੰਦੇ ਗਿਆਨ ਦੀਆਂ ਗੱਲਾਂ ਗਿਆਨ ਦੀਆਂ ਕਥਾ ਸੁਣ ਸੁਣ ਕੇ ਜਾਂ ਸੁਣਾ ਸੁਣਾ ਕੇ ਚਲਾ ਜਾਣਾ ਸਮਾਂ ਸੰਭਾਲ ਲੈਣਾ ਕਿ ਕਹਿਣ ਲੱਗੇ ਉਹ ਸਭ ਕੁਝ ਨਹੀਂ। ਗਿਆਨ ਨਾ ਗੱਲੀ ਢੂੰਡੀ ਹੈ ਕਥਨਾ ਕਰੜਾ ਸਾਰ ਕਰ
सोझी जो श्री गुरु ग्रंथ साहब को मिलनी है, यह साड़ी कमजोरी है। असि उस सोझी को पछाण नहीं पा रहे हैं। इस ज्ञान दे उपदेश दे राह अपने जीवन का हिस्सा नहीं बना रहे। भाई गुरदास जी ने बड़ी सोहनी गल बाणी में आखी, कहन लगे पूछत पथक तह मारिक न धरे पग, प्रीतम के देश कैसे बातन सो जाइए। सिर्फ ज्ञान दियां गल्लां करन नाल रब दा घर रब दा दर नहीं मिलता। यो ही है जिवें राह तां पुछ लईए पर कदम ना रखिए। पूछत पथक तह मारिक न धरे पग, प्रीतम के देश कैसे बातन सुनाए। कह लगे पूछत है वैद खाए औखद ना संजम से। डॉक्टर को गया वैद नाल गल्लां कीतियां, अपने दुख सुख सांझे कीते, पर जो कुछ उन्हें आख्या ना किवें दवाई खानी है किवें पथ परहेज करना उधर ध्यान ना दिता। जीवन है ही कुछ ग्रहण करना कुछ त्यागना, जिन्हों असी पथ परहेज कहने कुछ त्यागना ते कुछ ग्रहण करना समय नाल दवाई खाने वांगू है। दोनों चीजा डॉक्टर दसदा है। असी जे ना ध्यान देईए भी किन्नू त्यागना है, श्री गुरु ग्रंथ साहब ने बाणी विच हर गल इसे लई सिखा दित्ती। कहन लगे त्यागना त्यागन निका, पथ परहेज की है। त्यागना त्यागन नीका, काम क्रोध लोभ त्यागना। ते कहंदे ने केड़ी चीज ग्रहण करनी है, मांगना मांगन नीका, हर जस गुर ते मांगना। ये चीजा कुछ त्यागना कोई प्राप्त करना। पर भाई साहब ने आख्या पूछत है वैद खाए औखद न संजम से, कैसे मिटे रोग सुख सहज समाई है। इसलिए सानू जरूरत है श्री गुरु ग्रंथ साहब साडा वैद है,
श्री गुरु ग्रंथ साहिब साडा गुरु है, अगवाई करने वाला जीवन दी उनके उपदेश नूं जीवन का हिस्सा बना के मेरे पुरब मनाने नहीं भी अज पहला प्रकाश है पुरब मना ही पुरब मनाने नहीं ये पुरब तो सानू एक याद दस्ते वास्ते याद दहाने वास्ते बनाए जाते हैं कि सानू पता होवे साडा गुरु श्री गुरु ग्रंथ साहिब है अज उनका पहला प्रकाश है इतिहास है इसलिए उसनू समझना कि जीवन का हिस्सा बनाना सिख का कर्तव्य है इन्हों शब्दों का खिमा जाचे खां फतेह बुलाओ वाहेगुरु जी का खालसा वाहेगुरु जी।